ਤੇ ਜਦੋਂ ਵੀ ਕੋਈ ਕਿਸੇ ਨੂੰ ਫੜ ਕੇ ਲੈ ਜਾਂਦੇ ਹਨ ਤੇ ਸਨਾਤ ਕਰਨ ਵਾਸਤੇ ਸਾਡੇ ਪਿੰਡ ਲੈ ਆਏ ਕਿ ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਾਂ ਨੂੰ ਅੱਜ ਇਹ ਨਸ਼ੇ ਵਰਗੀ ਜਿਹੜੀ ਗੰਦੀ ਬਿਮਾਰੀ ਹੈ ਉਹਦਾ ਇਲਾਜ ਕਰਨ ਵਾਸਤੇ ਆਪਾਂ ਸ਼ਾਹਕੋਟ ਗਲਤ ਨੀਤੀਆਂ ਦੇ ਕਾਰਨ ਕਿਉਂਕਿ ਹੋ ਸਕਦਾ ਕਿ ਉਹਨਾਂ ਦਾ ਆਪਣੀ ਵਿਚਾਰਧਾਰਾ ਹੋਵੇ ਤੇ ਉਹਦੇ ਨਾਲ ਜਿਹੜਾ ਇਹ ਦਰਿਆ ਜਿਹੜਾ ਆ ਸਾਡੇ ਪੰਜਾਬ ਨੂੰ ਸਾਨੂੰ ਨਜ਼ਰ ਲੱਗ ਗਈ ਤੇ ਸਾਡੇ ਦੇਸ਼ ਦੀ ਸਿਆਸਤਾਂ ਦੇ ਸਾਡੇ ਪਰਵਾਰਾ ਸਾਹਿਬ ਸੜਕ ਦੇ ਉੱਪਰ ਸੀ ਸਕੂਲ ਉੱਪਰ ਸੀ ਪਰ ਨਸ਼ਾ ਲੈਣ ਵਾਲਿਆਂ ਤੇ ਨਸ਼ੇ ਵੇਚਣ ਵਾਲਿਆਂ ਨੂੰ ਕੋਈ ਪਰਵਾਹ ਨਹੀਂ ਸੀ ਉਹਨਾਂ ਨੇ ਸ਼ਰੇਆਮ ਵੇਚਦੇ ਰਹੇ ਪਹਿਲਾਂ ਲੋਕ ਕਹਿੰਦੇ ਸੀ ਚਲੋ ਇਹ ਸਰਕਾਰ ਸੋ ਮੈਂ ਆਪਣੇ ਬੁਲਾਰੇ ਸਾਡੇ ਪਰ ਅਸੀਂ ਵੀ ਮੈਦਾਨ ਦੇ ਵਿੱਚ ਉਤਰੀਏ ਕਿ ਅਸੀਂ ਨਸ਼ਾ ਤਿਆਗਣਾ ਵਾ ਜਿੰਨਾ ਚਿਰ ਸਾਡੇ ਦਿਲਾਂ ਵਿੱਚ ਇਹ ਵਿਚਾਰ ਨਹੀਂ ਬਣਦਾ ਹੁਣ ਅੱਗੇ ਆਉਣਾ ਪਏਗਾ ਇਤਿਹਾਸ ਗਵਾਹ ਆਪਾਂ ਕਿਸਾਨੀ ਅੰਦੋਲਨ ਪਿੱਛੇ ਲੜਿਆ ਉੱਥੇ ਜਦੋਂ ਵੀ ਕਿਉਂਕਿ ਇੱਥੋਂ ਦਾ ਸੱਭਿਆਚਾਰ ਦੇ ਵਿੱਚ ਤੁਸੀਂ ਆਏ ਹੋ ਸਾਡੀਆਂ ਮਾਵਾਂ ਭੈਣਾਂ ਤੁਰ ਪੈਂਦੇ ਆ ਬਈ ਲੈ ਵੀ ਸਾਨੂੰ ਪੈਸੇ ਦਿਓ ਚਾਹੇ ਕਿਸੇ ਕਿਸਮ ਦਾ ਨਸ਼ਾ ਕਰੋ ਤੁਹਾਨੂੰ ਬਰਦਾਸ਼ਤ ਨਹੀਂ ਕਰੂਗਾ ਇਹਨਾਂ ਦੀ ਇਹ ਕਰਤੂਤ ਆ ਜਿਹੜੇ ਇਹ ਲੋਕ ਆ ਤੇ ਸਾਡੇ ਬਜ਼ੁਰਗ ਮਾਪੇ ਜਿਹੜੇ ਆ ਉਹਨਾਂ ਦਾ ਗਬੋਰੀ ਦਾ ਸਹਾਰਾ ਇਸ ਨਸ਼ੇ ਨੇ ਲੈ ਲਿਆ ਅੱਜ ਹੋਰ ਕਿੰਨੇ ਇਸ ਪਾਸੇ ਤੁਰਨੇ ਆ ਇਸ ਗੱਲ ਦਾ ਸਾਨੂੰ ਹਾਲੇ ਕੋਈ ਇਲਾਜ ਡੰਟ ਨਹੀਂ ਇਹ ਗੱਲ ਕਹਿਣਾਗੇ ਕਿਸੇ ਵੀ ਇੱਕੋ ਇੱਕ ਗੱਜ ਦੇ ਧਰਨੇ ਨਾਲ ਪਰ ਜਿੱਥੇ ਵੀ ਤੁਸੀਂ ਇਨਫੋਰਮੇਸ਼ਨ ਦਿਓਗੇ ਜਿੱਥੇ ਪੈਸੇ ਅਸੀਂ ਆਪ ਵੀ ਆਪਣਾ ਨੈਟਵਰਕ ਚਲਾਉਂਦੇ ਹਾਂ ਅਸੀਂ ਵੀ ਆਪਣੇ ਵੱਲੋਂ ਬੈਸਟ ਐਫਰਟ ਕਰਾਂਗੇ ਅਤੇ ਇਸ ਕਰਕੇ ਜਿਹੜਾ ਆਹ ਇੱਕ ਤਰੀਕੇ ਨਾਲ ਜਦੋਂ ਕੋਈ ਬਈਆਂ ਦਾ ਬੱਚਾ ਪੀਣ ਰੱਖ ਪੈਂਦਾ ਆ ਉਹਨੂੰ ਇਹ ਪਤਾ ਹੁੰਦਾ ਵੀ ਇਹਦਾ ਐਂਡ ਮੌਤ ਹੈ ਔਰ ਉਹ ਡੇਲੀ ਉਹਦੇ ਸਾਹਮਣੇ ਜਿਸ ਤਰੀਕੇ ਨਾਲ ਤੜਫਦਾ ਔਰ ਉਹ ਇੱਕ ਵਾਰੀ ਤਾਂ ਮੌਤ ਹੋਣੀ ਹੁੰਦੀ ਹੈ ਜਦੋਂ ਇੱਕ ਪੇ ਦੇ ਮੂਹਰੇ ਮਾਂ ਦੇ ਮੂਹਰੇ ਇੱਕ ਬੱਚਾ ਰੋਜ਼ ਤੜਫਦਾ ਹੈਗਾ ਆ ਅਤੇ ਉਹ ਉਹਦੇ ਵਾਸਤੇ ਡੇਲੀ ਦੀ ਮੌਤ ਹੈ ਔਰ ਉਹ ਜਨਰੇਸ਼ਨ ਹੀ ਖਤਮ ਕਰਦੀ ਰਹਿੰਦੀ ਹੈ ਫਿਰ ਦੂਸਰੀ ਇਹ ਇੱਕ ਇਹੋ ਜਿਹੀ ਲਾਇਲਾਜ ਬਿਮਾਰੀ ਹੈ ਕਿ ਇਹ ਵਾਰ ਵਾਰ ਛੱਡਣ ਦੇ ਬਾਵਜੂਦ ਵੀ ਹੁੰਦੀ ਹੈ ਕਿ ਇਹਨਾਂ 'ਚੋਂ ਜਿਹੜੇ ਬਹੁਤ ਹੀ ਜਿਹੜੇ ਸਾਡੇ ਆਪਣੇ ਤਜਰਬੇ ਮੁਤਾਬਕ ਬਹੁਤ ਘੱਟ ਲੋਕ ਛੱਡਣ 'ਚ ਕਾਮਯਾਬ ਹੋਏ ਅਤੇ ਇਸ ਤਰੀਕੇ ਨਾਲ ਉਹਦਾ ਦੋ ਥਾਵਾਂ ਦੇ ਉੱਤੇ ਅਸੀਂ ਰਾਤ ਕਰਕੇ ਰੇਡ ਕਰ ਰਹੇ ਸੀ ਉਹਦੇ 'ਚੋਂ ਇੱਕ ਮੇਨ ਬੰਦੇ ਨੂੰ ਇਹਨਾਂ ਦੇ ਵਿੱਚੋਂ ਵੀ ਅਸੀਂ ਅਰੈਸਟ ਕਰ ਲਿਆ ਹੈਗਾ ਅਤੇ ਇਹ ਜਿਹੜੇ ਦੂਸਰੇ ਦੋ ਬੰਦੇ ਹੋਰ ਨੇ ਠੀਕ ਹੈ ਜੀ ਅਸੀਂ ਜਿੰਨੇ ਵੀ ਹੈਗੇ ਹਾਂ ਜਿੰਨੀ ਵੀ ਸਾਡੇ ਕੋਲ ਤਾਕਤ ਹੈਗੀ ਆ ਅਸੀਂ ਆਪਣੇ ਵੱਲੋਂ ਆਪਣਾ ਬੈਸਟ ਹਰ ਥਾਂ 'ਤੇ ਦੇਵਾਂਗੇ ਤੁਸੀਂ ਸਾਨੂੰ ਜਿਹੜੋ ਕਲੀਅਰ ਇਨਫੋਰਮੇਸ਼ਨ ਨਾਲ ਜੇ ਬੱਚਾ ਹੋ ਗਿਆ ਤਾਂ ਬਹੁਤ ਘੱਟ ਚਾਂਸਿਸ ਰਹਿੰਦੇ ਆ ਕਿ ਵੀ ਉਹ ਬੱਚੇ ਨੂੰ ਪਾਲਣ ਵਾਸਤੇ ਜਿੰਦਾ ਰਹੂਗਾ ਇਸ ਕਰਕੇ ਜਿਹੜੀਆਂ ਲਗਭਗ ਤਿੰਨ ਜਨਰੇਸ਼ਨਾਂ ਇਹਨਾਂ ਖਤਮ ਹੋਈਆਂ ਸਾਨੂੰ ਬਹੁਤ ਵਾਰੀ ਇਹਨਾਂ ਦੇ ਵਿੱਚ ਵਿਚਰਨਾ ਪੈਂਦਾ ਇਹਨਾਂ ਨੂੰ ਫਸਟ ਹੈਂਡ ਤੋਂ ਦੇਖਣਾ ਪੈਂਦਾ ਹੈਗਾ ਔਰ ਜਿਹੜੀ ਮੇਰੀ ਆਪਣੀ ਸੋਚ ਜੋ ਮੈਂ ਕੁਛ ਹੁਣ ਤੱਕ ਦੇਖਿਆ ਨਸ਼ੇ ਦੇ ਦੋ ਕੁ ਲਾਈਨ ਦੇ ਵਿੱਚ ਹੀ ਮੈਂ ਬੋਲੂੰਗਾ ਵੀ ਇਹ ਕਿੰਨਾ ਕੁ ਖਤਰਨਾਕ ਹੈ ਕਿ ਠੀਕ ਆ ਪਲੇਟ ਸਾਡੇ ਪਰਸਨਲੀ ਆ ਜੇ ਕਿਤੇ ਕਮੀਆਂ ਸੋਸਾਇਟੀ 'ਚ ਜਾਂ ਪ੍ਰਸ਼ਾਸਨ ਜਾਂ ਕਿਤੇ ਅੱਜ ਵਿਸ਼ੇ ਦੇ ਉੱਤੇ ਸਾਰੇ ਤੁਸੀਂ ਇਕੱਠੇ ਹੋਏ ਹੋ ਸਭ ਤੋਂ ਪਹਿਲਾਂ ਤਾਂ ਜਿਹੜੀ ਬਹੁਪੁਰ ਪਿੰਡ ਨੇ ਇੱਕ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਗਈ ਆ ਇਹ ਕਿਉਂ ਵਿੱਢਣੀ ਪਈ ਆ ਬਹੁਤ ਦੁਖੀ ਹੋ ਸਰਕਾਰਾਂ ਨੂੰ ਕਿ ਇਹ ਬਿਜ਼ਨਸ ਸਾਡੇ ਬੱਚਿਆਂ ਦੇ ਨਾ ਕੀਤਾ ਜਾਵੇ ਕਿਉਂਕਿ ਇਹ ਜਿਹੜਾ ਅੱਜ ਵੀ ਇਹ ਤੋਂ ਬਾਅਦ ਅਗਲੇ ਦਿਨ ਫਿਰ ਮੈਂ ਇਹਨਾਂ ਨੂੰ ਕਹਿ ਰਿਹਾ ਉਹ ਕਹਿੰਦੇ ਨਹੀਂ ਜੋ ਜਿਹੜਾ ਉਹਦਾ ਦੋਸ਼ ਹੈ ਹੋਣਾ ਦੂਸਰੇ ਪਾਸੇ ਜੀ ਸਾਹਿਬ ਜੀ ਜਲੰਧਰ ਦਿਹਾਤੀ ਵਿਸ਼ਾ ਪਿੰਡ ਬਹੁਪੁਰ ਬੇਟ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਨਸ਼ਾ ਰੋਕੋ ਮੁਹਿੰਮ ਤਹਿਤ ਗੋਲੀ ਕਾਂਡ ਦੇ ਸੰਬੰਧ ਵਿੱਚ ਸ਼੍ਰੀਮਾਨ ਜੀ ਬੇਨਤੀ ਹੈ ਕਿ ਪਿੰਡ ਬਹੁਪੁਰ ਬੇਟ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਦੇ ਪਿੰਡ ਵਾਸੀਆਂ ਨੇ ਨਸ਼ਾ ਰੋਕੋ ਮੁਹਿੰਮ ਚਲਾਈ ਹੋਈ ਹੈ ਜਿਸ ਵਿੱਚ ਪਿੰਡ ਦੇ ਨੌਜਵਾਨ ਅਤੇ ਔਰਤਾਂ ਹਾਂਜੀ ਭਾਜੀ ਅੱਜ ਨਗਰ ਨਿਵਾਸੀ ਪਿੰਡ ਬਹੁਪੁਰ ਅਤੇ ਇਲਾਕੇ ਦੀਆਂ ਸੰਗਤਾਂ ਨੇ ਰਲ ਮਿਲ ਕੇ ਇੱਕ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਬਣਾਈ ਜਿਹਦੇ ਤਹਿਤ ਇਹ ਤਾਂ ਬਣਾਈ ਗਈ ਕਿਉਂਕਿ ਪਿਛਲੇ ਦਿਨੀ 26 ਤਰੀਕ ਨੂੰ ਸਾਡੇ ਪਿੰਡ ਦੇ ਵਿੱਚ ਅਸੀਂ ਠੀਕਰੀ ਪਹਿਰੇ ਲਾ ਰਹੇ ਸੀ ਨਸ਼ਾ ਬੰਦ ਕਰ ਰਹੇ ਸੀ ਉਸ ਦਰਮਿਆਨ ਸਾਡੇ 'ਤੇ ਨੌਜਵਾਨਾਂ 'ਤੇ ਗੋਲੀਆਂ ਚੱਲੀਆਂ ਤਾਂ ਉਹਦੇ ਵਿਰੋਧ ਵਿੱਚ ਅਸੀਂ ਕੁਛ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਸੀ ਇਸ ਕਰਕੇ ਕੁਛ ਉਹਨਾਂ ਨੂੰ ਚੇਤਨ ਕਰਨ ਵਾਸਤੇ ਕੁਛ ਇਲਾਕੇ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਗੱਲ ਕਹੀ ਕਿ ਜੇ ਬਹੁਪੁਰ ਦੇ ਵਿੱਚ ਸਾਰੇ ਹੀ ਨਸ਼ੇ ਬੰਦ ਹੋ ਸਕਦੇ ਆ ਤਾਂ ਬਾਕੀ ਪਿੰਡਾਂ ਦੇ ਵਿੱਚ ਵੀ ਅਸੀਂ ਨਸ਼ੇ ਬੰਦ ਕਰਾਵਾਂਗੇ ਸੋ ਇਸ ਕਰਕੇ ਸਾਰਾ ਇਲਾਕਾ ਜਿੰਨਾ ਵੀ ਇਕੱਠਾ ਹੋਇਆ ਉਹ ਇਸ ਇਹ ਅੱਜ ਸਾਨੂੰ ਉਹਨਾਂ ਨੇ
सारिया ने विश्वास दवाया कि आप वड्डी गिणती दे विच हर पिंड दे विचों नशा जिहड़ा सी बंद करवा के रहांगे। पुलिस प्रशासन ने की सुझाव दवाया तुहानू? पुलिस प्रशासन ने साडे नाल वधिया गलबात कीती है कि असी अगे तो काफ़ी दूर उन्हां जिहड़े जिहड़े शूटर सी उन्हां तक पहुँच कर ली है ते जल्दी असी उन्हां नूं गिरफ़्तार कर लवांगे। बाकी उन्होंने अपनिया भी कुछ समस्यावान दसिया तो साढ़े नाल भी अपन समस्या साझिया कीतियाँ और सानू ये विश्वास दवाया कि तुम सू कोई भी नशा तस्कर मिलता है तो सू फटाफट ना दसो असी उस वे तो एक्शन लवेंगे। हाँ जी भाई, जो कि 26 तरीक न पिंड बहुपुर वेट गैंगस्टर ने गोली चलाई सी अज सारे जथेबंद रल के शाहकोट का घराव किया जिद डिप्टी साहब ने सारे जथेबंद विश्वास दवाया कि जेडे इन्होंने गोली चलाई सी असी जल्दी तो जल्दी वो फड़ के जेल च भेज देंगे। किन्ने अरेस्ट कर लिया हूँ तक उन्होंने? जो दसों मुताबक डिप्टी साहब के कहते एक असी अरेस्ट कर लिया बाकी दो की भाल चल रही है जल्दी तो जल्दी कहते असी कोशिश करते पे। हाँ जी सर, अब जो पुलिस प्रशासन के खिलाफ धरना लगे की विश्वास हुआ? ये एक फायरिंग हुई सी बहुपुर पिंड संबंध के यह दोषियों को अरैसट करने के संबंध के असी ईवन फ्रॉम द फर्स्ट डे वी आर वर्किंग वेरी हार्ड तो ये असी पहले दिन ही जो दो बंदे जो उस दिन अरैसट कर ले सके उस तो बाद तीन बंदे जो अनआइडेंटिफाइड सके जिन्होंने आइडेंटिफाई किया करीब पाँच छः दिन के सब कुछ कंप्लीट किया है तो वह एक आइडेंटिफाई हो गया फिर दूजा भी हो गया हूँ तीसरा भी आइडेंटिफाई कर लिया तो इन्हों एक बंद असी अरैसट कर लिया दो बंद बारे वी आर डूइंग आवर बेस्ट एफर्ट्स के असी इन्हों जल्दी ही अरैसट कर लवेंगे।